ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਦਾਵਾ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਤੱਕ ਇੱਕ ਦਰਖਾਸਤ ਦਰਖਾਸਤ ਇਸ ਗੱਲ ਦੀ ਇਹ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਬਹੁਤ ਪਸੰਦ ਕਰ ਰਹੇ ਹੋ ਤੁਹਾਡੇ ਕਮੈਂਟਸ ਤੁਹਾਡੇ ਰਿਮਾਰਕਸ ਜਿਹੜੇ ਆਉਂਦੇ ਨੇ ਉੱਥੋਂ ਪਤਾ ਲੱਗ ਜਾਂਦਾ ਪਰ ਦਰਖਾਸਤ ਇਹ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਵੀ ਕਰੋ ਤੇ ਨਾਲ ਹੀ ਇਸ ਨੂੰ ਸਬਸਕ੍ਰਾਈਬ ਵੀ ਕਰੋ ਤਾਕੀ ਇਹ ਪ੍ਰੋਗਰਾਮ ਵੱਤਵਦ ਦੁਨੀਆ ਤੱਕ ਪਹੁੰਚ ਸਕੇ ਪੁਲਿਸ ਪੁਲਿਸ ਕਿਸੇ ਵੀ ਛੋਟੀ ਤੋਂ ਛੋਟੀ ਮਿਨਿਸਪੈਲਿਟੀ ਹੋਵੇ ਛੋਟਾ ਜਿਹਾ ਸ਼ਹਿਰ ਹੋਵੇ ਸੂਬਾ ਹੋਵੇ ਪ੍ਰੋਵਿੰਸ ਹੋਵੇ ਜਾਂ ਫਿਰ ਪੂਰਾ ਮੁਲਕ ਹੋਵੇ ਉਸ ਏਰੀਏ ਦੇ ਵਿੱਚ ਉਸ ਹਲਕੇ ਦੇ ਵਿੱਚ ਇਲਾਕੇ ਦੇ ਵਿੱਚ ਬਹੁਤ ਅਹਿਮ ਭੂਮਿਕਾ ਇਸ ਕਰਕੇ ਨਿਭਾਉਂਦੀ ਆ ਕਿਉਂਕਿ ਨਾ ਕੇਵਲ ਉਹ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਕਰਦੀ ਆ ਉਹਨਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਂਦੀ ਆ ਬਲਕਿ ਉਥੋਂ ਦਾ ਜਿਹੜਾ ਰਹਿਣ ਸਹਿਣ ਆ ਉਥੋਂ ਦਾ ਰੋਜ਼ਮਰਰਾ ਦੀ ਜਿਹੜੀ ਜ਼ਿੰਦਗੀ ਆ ਰੋਜ਼ਮਰਰਾ ਦਾ ਜੀਵਨ ਆ ਉਸ ਨੂੰ ਵੀ ਵਧੀਆ ਕਰਨ ਦੇ ਵਿੱਚ ਪੁਲਿਸ ਦੀ ਬੜੀ ਭੂਮਿਕਾ ਹੁੰਦੀ ਆ ਤਾਂ ਕਿ ਲੋਕ ਬਿਗੈਰ ਕਿਸੇ ਭੈਅ ਤੋਂ ਆਪਣੇ ਰੋਜ਼ਮਰਰਾ ਦੇ ਕੰਮਕਾਰ ਕਰ ਸਕਣ ਨਿਵੇਸ਼ਕ ਆ ਜਿਹੜੇ ਇਨਵੈਸਟਮੈਂਟਸ ਕਰਦੇ ਨੇ ਉਹ ਕਿਸੇ ਵੀ ਬਿਜ਼ਨਸ ਦੇ ਵਿੱਚ ਕਿਸੇ ਤਰ੍ਹਾਂ ਦੀ ਆਪਣੀ ਦੁਕਾਨ ਖੋਲ ਸਕਣ ਵੱਡੀਆਂ ਫੈਕਟਰੀਆਂ ਲਾ ਸਕਣ ਤੁਹਾਨੂੰ ਯਾਦ ਹੋਣਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਇਨਵੈਸਟਮੈਂਟ ਸਬਮਿਟ ਕਰਵਾਈ ਸੀ ਤਾਂ ਜਿੰਨੇ ਵੀ ਨਿਵੇਸ਼ਕ ਸੀ ਜਾਂ ਜਿੱਲਾ ਤੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਉਹ ਆ ਕੇ ਇੱਥੇ ਇਨਵੈਸਟਮੈਂਟ ਕਰਨ ਤੇ ਉਹਨਾਂ ਦੀ ਇੱਕ ਹੀ ਮੰਗ ਸੀ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਾਂ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਆ ਇਸ ਨੂੰ ਬਿਹਤਰ ਕੀਤਾ ਜਾਵੇ ਤਾਂ ਕਿ ਇਥੇ ਆ ਕੇ ਅਸੀਂ ਇਨਵੈਸਟਮੈਂਟ ਕਰੀਏ ਪਰ ਹੁਣ ਜਦੋਂ ਪੰਜਾਬ ਤੇ ਹੁੰਨੇ ਆ ਪੰਜਾਬ ਪੁਲਿਸ ਤੇ ਜਿਨ੍ਹਾਂ ਤੋਂ ਇਹ ਤਵਕਕੋ ਕੀਤੀ ਜਾਂਦੀ ਆ ਤੇ ਜਦੋਂ ਉਹਨਾਂ ਦੇ ਕੁਝ ਅਫਸਰ ਘਰੋਂ ਵਰਦੀਆਂ ਪਾ ਕੇ ਨਿਕਲਦੇ ਨੇ ਪਰ ਤਵਕਕੋ ਇਹ ਕਰਦੇ ਨੇ ਕਿ ਸ਼ਾਮ ਨੂੰ ਜਦੋਂ ਘਰੇ ਜਾਈਏ ਤੇ ਜੇਬਾਂ ਦੇ ਵਿੱਚ ਪੈਸੇ ਭਰ ਕੇ ਲੈ ਕੇ ਜਾਈਏ ਤਾਂ ਫੇਰ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਆਮ ਜਿਹੜਾ ਜਨਜੀਵਨ ਆ ਜਾਂ ਆਮ ਵਿਅਕਤੀ ਆ ਉਹ ਸੁਰੱਖਿਅਤ ਕਿਸ ਤਰ੍ਹਾਂ ਮਹਿਸੂਸ ਕਰੂਗਾ ਮੈਂ ਗੱਲ ਕਰ ਰਿਹਾ 7 ਨਵੰਬਰ ਸਨ 2019 ਨੂੰ ਲਗਭਗ 3.5 ਸਾਲ ਹੋ ਗਏ ਬਾਬਾ ਦਿਆਲ ਦਾਸ ਆ 55 ਸਾਲ ਦਾ ਹਰਕਾ ਦਾਸ ਡੇਰਾ ਇਹ ਕੋਟ ਸੁਖੀਆ ਫਰੀਦਕੋਟ ਜ਼ਿਲ੍ਹੇ ਦਾ ਇਹਦਾ ਮਰਡਰ ਹੋ ਜਾਂਦਾ ਕਤਲ ਹੋ ਜਾਂਦਾ ਔਰ ਕਤਲ ਕੌਣ ਕਰਦਾ ਦਵਿੰਦਰ ਬਮੀਹਾ ਗਰੁੱਪ ਦਾ ਇਹ ਪੁਲਿਸ ਨੂੰ ਪਤਾ ਲੱਗ ਜਾਂਦਾ ਕਿਉਂਕਿ ਸ਼ੂਟਰਸ ਫੜੇ ਜਾਂਦੇ ਨੇ ਉਸ ਤੋਂ ਬਾਅਦ ਮੋਗੇ ਦੇ ਇੱਕ ਡੇਰੇ ਦੇ ਵਿਅਕਤੀ ਦਾ ਜਿਹੜਾ ਉਸ ਡੇਰੇ ਦਾ ਮੁਖੀ ਹੁੰਦਾ ਜਿਹਦਾ ਨਾਮ ਆ ਜਰਨੈਲ ਦਾਸ ਬਾਬਾ ਜਰਨੈਲ ਦਾਸ ਨੂੰ ਕਹਿੰਦੇ ਆ ਉਹਦਾ ਨਾਮ ਆਉਂਦਾ ਕਹਿੰਦੇ ਮੁਖ ਸਾਜ਼ਿਸ਼ ਘੜਤਾ ਇਹ ਆ ਇਸ ਨੇ ਹੀ ਸਾਜ਼ਿਸ਼ ਰਚੀ ਆ ਹੁਣ ਇਸ ਨੂੰ ਗ੍ਰਿਫਤਾਰ ਕਰਨਾ ਤਾਂ ਛੱਡ ਦੋ ਇਹਨੂੰ ਬਲਕਿ ਕਲੀਨ ਚਿੱਟ ਦੇ ਦਿੱਤੀ ਗਈ ਕਲੀਨ ਚਿੱਟ ਦੇਤੀ ਉਹੀ ਪੁਲਿਸ ਵਾਲਿਆਂ ਨੇ ਬਲਕਿ ਬਾਅਦ ਦੇ ਵਿੱਚ ਜਿਹੜਾ ਖੇਡ ਹੋਇਆ ਜਿਹੜੇ ਆਪਸ ਦੇ ਵਿੱਚ ਪੈਸੇ ਲਏ ਗਏ ਉਹ ਆਪਣੇ ਆਪ ਦੇ ਵਿੱਚ ਫਿਰ ਇੱਕ ਵਾਰੀ ਉਹ ਸਾਰੇ ਖੁਲਾਸੇ ਕਰਦਾ ਕਿ ਕੀ ਪੁਲਿਸ ਜਿਹੜੀ ਲਗਾਤਾਰ ਉਹਦਾ ਨਿਗਰਾਨਾ ਹੋ ਰਿਹਾ ਕੱਲੀ ਇਹ ਹੀ ਐਗਜ਼ਾਮਪਲ ਨਹੀਂ ਦੂਸਰੇ ਪਾਸੇ ਵੀ ਤੁਸੀਂ ਦੇਖੋ ਕਿ ਕੁਝ ਅਫਸਰਾਂ ਦਾ ਕਹਿੰਦੇ ਆ ਉਜੜੇ ਬਾਗਾਂ ਦੇ ਗਲੜ ਪਟਵਾਰੀ ਇਹ ਮੈਂ ਉਹਨਾਂ ਅਮਰੂਦਾ ਦੇ ਬਾਗਾਂ ਦੀ ਗੱਲ ਕਰ ਰਿਹਾ ਉਹਦੇ ਵਿੱਚ ਵੀ ਕੁਝ ਡਿਵੈਲਪਮੈਂਟਸ ਨੇ ਉਹ ਡਿਵੈਲਪਮੈਂਟਸ ਇਹ ਨੇ ਕਿ ਜਿਨ੍ਹਾਂ ਲੋਕਾਂ ਨੂੰ ਜਾਂ ਜਿਨ੍ਹਾਂ ਅਫਸਰਾਂ ਦੀਆਂ ਪਤਨੀਆਂ ਨੂੰ ਜਿਨ੍ਹਾਂ ਆਈਐਸ ਅਫਸਰਾਂ ਦੀਆਂ ਪਤਨੀਆਂ ਨੂੰ ਬੁੱਕ ਕੀਤਾ ਸੀ ਉਹ ਤੇ ਜਿਹੜੇ ਹੋਰ ਵਿਅਕਤੀ ਸੀ ਉਸ ਚ ਐਫ ਆਈ ਆਰ ਦੇ ਵਿੱਚ ਨਾਮਜਦ ਹੋਏ ਸੀ ਉਹ ਕੋਰਟ ਦਾ ਰੁਕ ਕਰਦੇ ਨੇ ਕਹਿੰਦੇ ਸਾਨੂੰ ਐਂਟੀਸਿਪੇਟਰੀ ਜਾਂ ਅਗਾਊ ਜਮਾਨਤ ਦੇ ਦਿਓ ਐਂਟੀਸਿਪੇਟਰੀ ਬੇਲ ਦੇ ਦਿਓ ਬੇਲ ਤਾਂ ਉਹਨਾਂ ਦੀ ਰਿਜੈਕਟ ਹੋ ਹੀ ਜਾਂਦੀ ਆ ਇਸ ਦੌਰਾਨ ਐਨਫੋਰਸਮੈਂਟ ਡਾਇਰੈਕਟੋਰੇਟ ਪੰਜਾਬ ਵਿਜੀਲੈਂਸ ਬਿਊਰੋ ਤੋਂ ਇਸ ਸੰਬੰਧ ਦੇ ਵਿੱਚ ਪੂਰਾ ਰੈਕਡ ਮੰਗ ਲੈਂਦੀ ਆ ਤੇ ਕੀ ਹੁਣ ਵਿਜੀਲੈਂਸ ਬਿਊਰੋ ਰੈਕਡ ਦੇ ਦੇਗਾ ਤੇ ਜਿਹੜੀ ਐਫ ਆਈ ਆਰ ਦੇ ਵਿੱਚ ਗਲਤੀਆਂ ਕੀਤੀਆਂ ਗਈਆਂ ਸੀ ਜਾਣ-ਬੁੱਝ ਕੇ ਕੀਤੀਆਂ ਗਈਆਂ ਸੀ ਜਾਂ ਅਣਜਾਣੇ ਚ ਹੋ ਗਈਆਂ ਸੀ ਕੀ ਉਹ ਦਰੁਸਤ ਕਰ ਲੀਆਂ ਜਾਣਗੀਆਂ ਪੁਲਿਸ ਦੀ ਭੂਮਿਕਾ ਕਿਸ ਤਰ੍ਹਾਂ ਦੀ ਹੁੰਦੀ ਹੈ ਜਾਂ ਉਹ ਕਿਸੇ ਕੇਸ ਦੇ ਵਿੱਚ ਕਦੋਂ ਕਿਸੇ ਦਾ ਨਾਂ ਐਫ ਆਈ ਆਰ ਚ ਪਾ ਦੇ ਕਦੋਂ ਕਿਸੇ ਦਾ ਨਾਂ ਕੱਢ ਲੇ ਇੰਨੀ ਆਸਾਨੀ ਨਾਲ ਕਰਦੀ ਹੈ ਇਸ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਕੋਈ ਪ੍ਰਾਈਵੇਟ ਏਜੰਸੀ ਕੰਮ ਕਰਦੀ ਆ ਨਾ ਕਿ ਕੋਈ ਸਰਕਾਰੀ ਅਦਾਰਾ ਜਿਹੜਾ ਸਰਕਾਰ ਨੂੰ ਜਾਂ ਲੋਕਾਂ ਨੂੰ ਜਵਾਬਦੇਹ ਹੋਵੇ ਜਾਂ ਅਕਾਊਂਟੇਬਲ ਹੋਵੇ ਇਸ ਤਰ੍ਹਾਂ ਤਾਂ ਕੰਮ ਹੀ ਨਹੀਂ ਕਰਦੀ ਇਸ ਨੇ ਹੁਣ ਪਰਦਰ ਪਰਤ ਆਪਾਂ ਖੋਲਾਂਗੇ ਹੁਣ ਚੱਲਦੇ ਆਂ ਆਪਾਂ ਸਨ 2019 ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ 7 ਨਵੰਬਰ ਸਨ 2019 ਨੂੰ ਬਾਬਾ ਦਿਆਲ ਦਾਸ ਇਹ 55 ਸਾਲਾਂ ਦਾ ਹੁੰਦਾ ਇਸ ਦਾ ਕਤਲ ਹੋ ਜਾਂਦਾ ਉਹ ਹਰਕੇ ਦਾਸ ਡੇਰਾ ਇਹ ਓਟ ਸੁਖੀਆਂ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਤੇ ਨਾ ਲੱਗਦਾ ਮੋਗੇ ਦੇ ਵਿੱਚ ਇੱਕ ਡੇਰਾ ਹੈ ਕਪੂਰੇ ਵਾਲਾ ਪਿੰਡ ਡੇਰਾ ਮੋਗਾ ਦੇ ਵਿੱਚ ਇੱਥੋਂ ਦਾ ਇੱਕ ਬਾਬਾ ਬਾਬਾ ਜਰਨੈਲ ਦਾਸ ਇਹਦਾ ਨਾਮ ਲੱਗਦਾ ਕਿ ਸਾਜ਼ਿਸ਼ ਇਸ ਨੇ ਘੜੀ ਆ ਪੁਲਿਸ ਦੇ ਧਿਆਨ ਦੇ ਵਿੱਚ ਵੀ ਆਉਂਦਾ ਔਰ ਇਹ ਵੀ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜੀ ਸਾਰੀ ਲੜਾਈ ਸੀ ਇਹ ਗੱਦੀ ਦੀ ਲੜਾਈ ਸੀ ਔਰ ਇਹਦੇ ਵਿੱਚ ਇਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਦਵਿੰਦਰ ਬੰਬੀਹਾ ਗਰੁੱਪ ਦੇ ਕੁਝ ਸ਼ੂਟਰਸ ਫੜੇ ਜਾਂਦੇ ਨੇ ਉੱਥੋਂ ਪਤਾ ਲੱਗਦਾ ਕਿ ਦਵਿੰਦਰ ਬੰਬੀਹਾ ਗਰੁੱਪ ਨੇ ਇਹ ਜਿਹੜਾ ਕਤਲ ਕਰਵਾਇਆ ਇਹ ਪੁਲਿਸ ਦੀ ਮੁੱਢਲੀ ਜਾਣਤ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਇਹ ਜਿਹੜਾ ਡੇਰਾ ਸੀ ਜਿੱਥੇ ਲੜਾਈ ਚੱਲ ਰਹੀ ਸੀ ਇਹ ਜਿਹੜਾ ਬਾਬਾ ਮੈਂ ਇਹ ਵੀ ਦੱਸਦਾ ਜਿਹੜਾ ਬਾਬਾ ਦਿਆਲ ਦਾਸ ਸੀ 55 ਸਾਲਾ ਦਾ ਜਿਹਦਾ ਕਤਲ ਹੋਇਆ ਸੀ ਇਹ ਸੈਕੰਡ ਇਨ ਕਮਾਂਡ ਸੀ ਯਾਨੀ ਕਿ ਡੈਪਟੀ ਹੈਡ ਸੀ ਦੂਸਰੇ ਨੰਬਰ ਦਾ ਮੁਖੀ ਸੀ ਹੁਣ ਇਹਦਾ ਕਤਲ ਹੋ ਗਿਆ ਔਰ ਇਹਨਾਂ ਦੇ ਡੇਰੇ ਜਿਹੜੇ ਆ ਲਗਭਗ 80 ਸਾਲ ਪੁਰਾਣੇ ਦੱਸੇ ਜਾਂਦੇ ਨੇ ਪੰਜਾਬ ਤੇ ਉੱਤਰਾਖੰਡ ਦੇ ਵਿੱਚ 80 ਬ੍ਰਾਂਚਾ ਕਹਿੰਦੇ ਇਹਨਾਂ ਦੀ ਹੈ ਠੀਕ ਹੈ ਹੁਣ ਜਿਹੜਾ ਜਰਨੈਲ ਆ ਜਿਹਨੂੰ ਜਰਨੈਲ ਦਾਸ ਕਿਹਾ ਜਾਂਦਾ ਬਾਬਾ ਮੁੱਗੇ ਡੇਰੇ ਦਾ ਕਪੂਰੇਵਾਲਾ ਦਾ ਨਾ ਤਾਂ ਉਹਨੂੰ ਪੁਲਿਸ ਫੜਦੀ ਐ ਬਲਕਿ ਫੜਨ ਦੀ ਤਾਂ ਗੱਲ ਨਹੀਂ ਛੱਡ ਦੋ ਬਲਕਿ ਉਸ ਨੂੰ ਤਕਲੀਨ ਚਿੱਟ ਦੇ ਦਿੱਤੀ ਜਾਂਦੀ ਐ ਇਸ ਗੱਲ ਨੂੰ ਲੈ ਕੇ ਗगन ਦਾਸ ਆ ਗगन ਦਾਸ ਜਿੱਥੋਂ ਦੇ ਡੇਰੇ ਦੇ ਬਾਬੇ ਦਾ ਕਤਲ ਹੋਇਆ ਸੀ ਹਰਕਾ ਦਾਸ ਡੇਰਾ ਉਹਦਾ ਮੁਖੀ ਆ ਇਹ ਪੰਜਾਬ ਦੇ ਡੀਜੀਪੀ ऑफिशिएटिंग डीजीपी गौरव यादव ਕੋਲੇ ਜਾਂਦਾ ਕਹਿੰਦਾ ਜੀ ਸਾਡੇ ਨਾਲ ਤਾਂ ਬੜਾ ਤੱਕਾ ਹੋ ਗਿਆ ਤੇ ਸਾਨੂੰ ਹੁਣ ਦੱਸੋ ਕਿਉਂਕਿ ਸਾਨੂੰ ਪਤਾ ਕਿ ਇਹਦੀ ਸਾਜ਼ਿਸ਼ ਕਿਨੇ ਘੜੀ ਆ ਪਰ ਉਸ ਵਿਅਕਤੀ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋ ਰਹੀ ਇਸੇ ਦੌਰਾਨ ਇੱਕ ਐਸਪੀਸੀ ਫਰੀਦਕੋਟ ਦਾ ਜਿਹਦਾ ਨਾਮ ਸੀ ਗਣੇਸ਼ ਕੁਮਾਰ ਗਣੇਸ਼ ਕੁਮਾਰ ਇਹਨੂੰ ਦੱਸਦਾ ਇਹ ਇਹਦੇ ਕਹਿਣ ਦੇ ਮੁਤਾਬਕ ਗਣੇਸ਼ ਕੁਮਾਰ ਐਸਪੀ ਰੈਂਕ ਦਾ ਅਧਿਕਾਰੀ ਇਸ ਗੱਜਨ ਦਾਸ ਨੂੰ ਦੱਸਦਾ ਕਹਿੰਦਾ ਕਿ ਉਸ ਜਰਨੈਲ ਸਿੰਘ ਨੇ ਤਾਂ ਪੈਸੇ ਦਿੱਤੇ ਆ ਤੇ ਉਹਨੇ ਆਪਣੇ ਆਪ ਨੂੰ ਇੱਕ ਤਰ੍ਹਾਂ ਕਲੀਨ ਚਿੱਟ ਦਿਵਾ ਲਈ ਆ ਹੁਣ ਉਸ ਤੇ ਪੁਲਿਸ ਨੇ ਕਾਰਵਾਈ ਨਹੀਂ ਕਰਨੀ ਪਰ ਜੇ ਤੂੰ ਬਚਣਾ ਹੋ ਸਕਦਾ ਤੇਰੇ ਤੇ ਪਰਚਾ ਹੋ ਜੇ ਤੇ ਤੈਨੂੰ 50 ਲੱਖ ਰੁਪਏ ਦੇਣਾ ਪੈਣਾ ਇਹ 네ਗੋਸ਼ੀਏਸ਼ਨਸ ਹੋ ਰਹੀ ਆ ਆਖਿਰਕਾਰ ਇਹ ਸਾਰਾ ਮਾਮਲਾ 35 ਲੱਖ ਰੁਪਏ ਚ ਨਿਪਟਦਾ ਤੇ ਇਹਦੇ ਵਿੱਚੋਂ 20 ਲੱਖ ਰੁਪਏ ਪੇਸ਼ਗੀ ਦੇ ਵੀ ਦਿੱਤਾ ਜਾਂਦਾ ਤੇ 15 ਲੱਖ ਰੁਪਇਆ ਹਜੇ ਬਾਅਦ ਚ ਦੇਣਾ ਸੀ ਜਦੋਂ ਉਸ ਬਾਬੇ ਦਾ ਜਿਹਨੂੰ ਸਾਜ਼ਿਸ਼ ਕਰਤਾ ਕਿਹਾ ਜਾ ਰਿਆ ਸੀ ਜਰਨੈਲ ਨੂੰ ਜਦੋਂ ਉਹਦੀ ਗ੍ਰਿਫਤਾਰੀ ਹੋਣੀ ਸੀ ਔਰ ਤੁਸੀਂ ਇੱਕ ਚੀਜ਼ ਹੋਰ ਦੇਖੋ ਇਹਦੇ ਵਿੱਚ 9 ਨਵੰਬਰ ਸਨ 2022 ਨੂੰ 15 ਲੱਖ ਰੁਪਇਆ ਕਥਿਤ ਤੌਰ ਤੇ ਗਨੇਸ਼ ਕੁਮਾਰ ਐਸਪੀ ਉਹਨੂੰ ਦੇ ਦਿੱਤਾ ਜਾਂਦਾ ਤੇ ਜਿਹੜਾ 5 ਲੱਖ ਰੁਪਇਆ ਉਹ 11 ਨਵੰਬਰ ਸਨ 2022 ਨੂੰ ਡੀਐਸਪੀ ਸੁਸ਼ੀਲ ਕੁਮਾਰਾ ਉਹਨੂੰ ਦੇ ਦਿੱਤਾ ਜਾਂਦਾ ਇਹ ਸਾਰਾ ਕੁਝ ਕਥਿਤ ਤੌਰ ਤੇ ਐਫਆਈਆਰ ਦਾ ਹਿੱਸਾ ਜਿਹੜੀ ਐਫਆਈਆਰ ਹੋਈ ਆ ਔਰ ਇਹ ਦੋਨੇ ਹੀ ਗਨੇਸ਼ ਕੁਮਾਰ ਐਸਪੀ ਵੀ ਤੇ ਡੀਐਸਪੀ ਸੁਸ਼ੀਲ ਕੁਮਾਰ ਇਹਨਾਂ ਨੂੰ ਹੁਣ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਦੀ ਬਦਲੀ ਕਰਤੀ ਆ ਕਿਉਂਕਿ ਪੁਲਿਸ ਨੂੰ ਲੱਗਦਾ ਸੀ ਕਿ ਇਹਦੇ ਨਾਲ ਸਾਡੀ ਬਦਨਾਮੀ ਬੜੀ ਹੋ ਗਈ ਆ ਇਸ ਦੌਰਾਨ ਤੁਸੀਂ ਇੱਕ ਚੀਜ਼ ਹੋਰ ਦੇਖੋ ਕਿ ਜਿਹੜਾ ਗਗਨ ਦਾਸ ਸੀ ਇਹ ਇਲਜ਼ਾਮ ਵੀ ਲਾਉਂਦਾ ਜਿਸ ਤਰ੍ਹਾਂ ਮੈਂ ਦੱਸਿਆ ਇਹ ਜਾਂਦਾ ਪਹਿਲਾਂ ਤਾਂ ਡੀਜੀਪੀ ਕੋਲੇ ਜਾਂਦਾ ਫਿਰ ਇਹ ਹਾਈ ਕੋਰਟ ਦੇ ਵਿੱਚ ਵੀ ਜਾਂਦਾ ਇਸ ਬੰਦੇ ਦੇ ਖਿਲਾਫ ਕੀ ਜਰਨੈਲ ਨੂੰ ਫੜਿਆ ਨਹੀਂ ਜਾ ਰਿਹਾ ਤੇ ਹਾਈ ਕੋਰਟ ਪੁੱਛਦਾ ਕਿ ਤੁਸੀਂ ਕੀਤਾ ਕੀ ਐ ਫਰੀਦਕੋਟ ਪੁਲਿਸ ਤੋਂ ਤੇ ਫਰੀਦਕੋਟ ਪੁਲਿਸ ਜਾ ਕੇ ਦੱਸਦੀ ਆ ਕਿ ਅਸੀਂ ਤਾਂ ਕਲੀਨ ਚਿੱਟ ਦਿੱਤੀ ਇਹਦਾ ਤਾਂ ਕਿਸੇ ਤਰ੍ਹਾਂ ਦਾ ਰੋਲ ਨਹੀਂ ਐ ਪਰ ਹਾਈ ਕੋਰਟ ਇਸ ਗੱਲ ਨੂੰ ਮੰਨਦਾ ਨਹੀਂ ਆ ਪਹਿਲਾਂ ਉਹਨਾਂ ਦਾ ਡੀਐਸਪੀ ਜਾਂਦਾ ਫਿਰ ਐਸਪੀ ਜਾਂਦਾ ਤੇ ਆਖਿਰਕਾਰ ਆਈਜੀ ਪ੍ਰਦੀਪ ਕੁਮਾਰ ਯਾਦਵ ਨੂੰ ਜਾਣਾ ਪੈਂਦਾ ਉਸ ਤੋਂ ਪਹਿਲਾਂ ਖੈਰ ਡੀਆਈਜੀ ਨੇ ਸੁਰਜੀਤ ਸਿੰਘ ਉੱਥੋਂ ਦੇ ਉਹ ਵੀ ਜਾਂਦੇ ਨੇ ਉਹ ਇੱਕ ਆਨਨ ਫਨਲ ਦੇ ਵਿੱਚ ਐਸਆਈਟੀ ਬਣਾ ਦਿੰਦੇ ਨੇ ਉਹ ਵੀ ਕਲੀਨ ਚਿੱਟ ਦੇ ਦਿੰਦੀ ਆ ਕਹਿਣ ਦਾ ਭਾਵ ਆ ਇਹ ਸਾਰਾ ਕੁਝ ਆਪਸੀ ਮਿਲੀ ਭੁਗਤ ਕਰਕੇ ਹੁੰਦਾ ਪਰ ਇਹਨਾਂ ਦੋ ਅਧਿਕਾਰੀਆਂ ਨੂੰ ਤਾਂ ਬਦਲ ਦਿੱਤਾ ਗਿਆ ਪਰ ਜਿਹੜੇ ਦੂਸਰੇ ਨਹੀਂ ਜਿਵੇਂ ਆਈਜੀ ਪ੍ਰਦੀਪ ਕੁਮਾਰ ਯਾਦਵ ਆ ਇਹਨਾਂ ਦੀ ਭੂਮਿਕਾ ਨੂੰ ਕਿਵੇਂ ਛੱਡ ਸਕਦੇ ਨੇ ਜਾਂ ਜਿਹੜੇ ਡੀਆਈਜੀ ਸੁਰਜੀਤ ਸਿੰਘ ਆ ਇਹਨਾਂ ਦਾ ਕੀ ਰੋਲ ਆ ਇਹਨਾਂ ਨੂੰ ਹਜੇ ਤੱਕ ਕਿਉਂ ਨਹੀਂ ਖੰਗਾਲਿਆ ਗਿਆ ਯਾ ਇਹਨਾਂ ਦੀ ਹਜੇ ਤੱਕ ਜਾਂਚ ਕਿਉਂ ਨਹੀਂ ਸ਼ੁਰੂ ਕੀਤੀ ਗਈ ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ ਇਹਦੇ ਵਿੱਚ ਇੱਕ ਸਬ ਇਨਸਪੈਕਟਰ ਆ ਸਬ ਇਨਸਪੈਕਟਰ ਦਾ ਨਾਮ ਆ ਖੇਮ ਚੰਦ ਪ੍ਰਾਸ਼ਰ ਇਹ ਇਹਦਾ ਜਿਹੜਾ ਪੁਰਾਣਾ ਰੈਕਟਰਡ ਆ ਉਹ ਬੜਾ ਨਟੋਰੀਅਸ ਆ ਉਹ ਇਸ ਕਰਕੇ ਕਿ ਇਸ ਤੋਂ ਪਹਿਲਾਂ ਇਸ ਨੂੰ ਪੁਲਿਸ ਮਹਿਕਮੇ ਦੇ ਵਿੱਚੋਂ ਬਰਖਾਸਤ ਕੀਤਾ ਜਾ ਚੁੱਕਾ ਸੀ ਦੁਬਈ ਤੋਂ ਕੋਈ ਐਨ ਆਰ ਆਈ ਆਉਂਦੇ ਨੇ ਉਹਨਾਂ ਤੋਂ 2 ਕਿਲੋ ਸੋਨਾ ਇਹ ਲੈ ਲੈਂਦਾ ਤੇ ਜਦੋਂ ਇਹ ਪਤਾ ਲੱਗਦਾ ਕਿ ਇਹਨੇ ਧੋਖੇ ਦੇ ਨਾਲ ਜਾਂ ਉਹਨਾਂ ਨੂੰ ਡਰਾ ਧਮਕਾ ਕੇ 2 ਕਿਲੋ ਸੋਨਾ ਲੈ ਲਿਆ ਤੇ ਇਹਨੂੰ ਮਹਿਕਮੇ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਜਾਂਦਾ ਪਰ ਜਿਹੜੇ ਆਈਜੀ ਨੇ ਫਰੀਦਕੋਟ ਦੇ ਇਨਸਪੈਕਟਰ ਜਨਰਲ ਆਫ ਪੁਲਿਸ ਉਹ ਇਸ ਵਿਅਕਤੀ ਨੂੰ ਖੇਮਚੰਦ ਪ੍ਰਾਸ਼ਰ ਨੂੰ ਬਹਾਲ ਕਰਾ ਕੇ ਆਪਣੇ ਕੋਲ ਹੀ ਲਾ ਲੈਂਦੇ ਨੇ ਤੇ ਹੁਣ ਜਦੋਂ ਬਦਲੀਆਂ ਹੋਈਆਂ ਜਦੋਂ ਇਹਨਾਂ ਨੂੰ ਸ਼ੰਟ ਆਊਟ ਕੀਤਾ ਗਿਆ ਚਾਹੇ ਉਹ ਐਸਪੀ ਹੁਣ ਗਣੇਸ਼ ਕੁਮਾਰ ਤੇ ਚਾਹੇ ਉਹ ਡੀਐਸਪੀ ਸੁਸ਼ੀਲ ਕੁਮਾਰ ਇਹਨਾਂ ਨੂੰ ਉਹਨਾਂ ਨੂੰ ਤਾਂ ਕਰਤਾ ਪਰ ਅੱਜ ਵੀ ਖੇਮ ਚੰਦ ਪ੍ਰਾਸ਼ਰ ਨੂੰ ਨਹੀਂ ਕੀਤਾ ਤੇ ਨਾ ਹੀ ਪ੍ਰਦੀਪ ਕੁਮਾਰ ਯਾਦਵ ਨੂੰ ਕੀਤਾ ਆਈਜੀ ਨੂੰ ਤੇ ਨਾ ਹੀ ਡੀਆਈਜੀ ਸਰਜੀਤ ਸਿੰਘ ਨੂੰ ਇਹ ਮਾਮਲਾ ਜਦੋਂ ਹੁਣ ਸਾਨੂੰ ਪਤਾ ਲੱਗਾ ਕਹਿੰਦੇ ਕਿ ਵਿਜੀਲੈਂਸ ਬਿਊਰੋ ਕੋਲੇ ਵੀ ਚਲਾ ਗਿਆ ਵਿਜੀਲੈਂਸ ਬਿਊਰੋ ਕਿਉਂਕਿ ਇਸ ਉੱਤੇ ਇੱਕ ਐਸਆਈਟੀ ਬਣੀ ਸੀ ਬਿਊਰੋ ਆਫ ਇਨਵੈਸਟੀਗੇਸ਼ਨ ਇਸ ਦੀ ਡੀਆਈਜੀ ਰਣਜੀਤ ਸਿੰਘ ਢਿੱਲੋਂ ਨੇ ਉਹਨਾਂ ਨੇ ਇਹਨਾਂ ਦੀ ਪੁਖਤਾ ਜਾਂਚ ਕੀਤੀ ਸੀ ਉਸ ਤੋਂ ਬਾਅਦ ਹੀ ਸਾਰੇ ਖੁਲਾਸੇ ਹੋਏ ਨੇ ਕੁਝ ਨਾ ਕੁਝ ਅਫਸਰ ਮੈਨੂੰ ਲੱਗਦਾ ਹਜੇ ਵੀ ਆਪਣੀ ਆਨ ਬਾਨ ਔਰ ਸ਼ਾਨ ਲਈ ਉਹ ਨੌਕਰੀ ਕਰਦੇ ਨੇ ਜਾਂ ਉਹਨਾਂ ਦਾ ਇਕਲੌਖੀ ਫਰਜ਼ ਉਹਨਾਂ ਨੂੰ ਅੱਜ ਵੀ ਲੱਗਦਾ ਕਿ ਹਾਂ ਸਾਡਾ ਫਰਜ਼ ਸਾਡੀ ਵਰਦੀ ਤੱਕ ਆ ਪਰ ਜ਼ਿਆਦਾਤਰ ਜਦੋਂ ਇਸ ਤਰ੍ਹਾਂ ਦੇ ਕੇਸ ਆਉਂਦੇ ਨੇ ਤੇ ਫਿਰ ਵਾਕਿਆ ਬਹੁਤ ਹੈਰਾਨੀ ਹੁੰਦੀ ਹੈ ਹੁਣ ਤੁਸੀਂ ਇੱਕ ਚੀਜ਼ ਇਹ ਚ ਹੋਰ ਦੇਖੋ ਕਿ ਇਸ ਕੇਸ ਦੀ ਫਾਈਲ ਤੱਕ ਵੀ ਗੁੰਮ ਹੋ ਗਈ ਆ ਇਨਾ ਅਫਸਰਾਂ ਨੇ ਮਿਲ ਕੇ ਕੀਤੀ ਐ ਕਿੰਨਾਂ ਨੇ ਕੀਤੀ ਐ ਜਦੋਂ ਇਹਦੀ ਕੇਸ ਦੀ ਫਾਈਲ ਮੰਗੀ ਗਈ ਇਹ ਕਹਿੰਦੇ ਜੀ ਫਾਈਲ ਤਾਂ ਹੈ ਹੀ ਨਹੀਂ ਮਤਲਬ ਕਿ ਇਹ ਨੇਰ ਕਰਦੀ ਆ ਪੁਲਿਸ ਮਹਿਕਮੇ ਦੇ ਵਿੱਚ ਕੋਈ ਵਿਅਕਤੀ ਕਿਸੇ ਤਰ੍ਹਾਂ ਵੀ ਕੁਝ ਕਰੀ ਜਾਵੇ ਕਿਸੇ ਤੋਂ ਪੈਸੇ ਮੰਗ ਲੇ ਹੁਣ ਤੁਸੀਂ ਦੇਖੋ 20 ਲੱਖ ਰੁਪਈਆ ਵੀ ਲੈ ਲਿਆ ਹਜੇ ਤਾਂ 15 ਲੱਖ ਰੁਪਈਆ ਉਸ ਜਰਨੈਲ ਨੂੰ ਗ੍ਰਿਫਤਾਰ ਕਰਕੇ ਹੋਰ ਲੈਣੇ ਸੀ ਤੇ ਨਾ ਹੀ ਇਹ ਐਸਪੀ ਸਾਹਿਬ ਤੇ ਨਾ ਗਗਨੇਸ਼ ਕੁਮਾਰ ਐਸਪੀ ਸਾਹਿਬ ਤੇ ਨਾ ਡੀਐਸਪੀ ਸਾਹਿਬ ਵੀ ਇਹਨੇ ਮੰਗ ਸਕਦੇ ਸੀ ਕਿਉਂਕਿ ਐਸਪੀ ਸਾਹਿਬ ਵੀ ਇਹ ਵੀ ਮੈਂਟਮੈਂਟ ਦੇਤੇ ਆਈਜੀ ਸਾਹਿਬ ਨਾਲ ਗੱਲ ਕਰਦੇ ਸੀ ਮੈਂ ਤਾਂ ਇਹ ਹੈ ਨਾ ਵੀ ਮੇਨ ਦੋਸ਼ੀ ਤੱਕ ਪਹੁੰਚਿਆ ਜਾਵੇ ਜੋ ਕਿ ਇਹਦੀ ਸਾਰੀ ਕਾਰਵਾਈ ਜਿੱਥੋਂ ਚੱਲੀ ਹੈ ਉਥੋਂ ਸਾਰੇ ਮੋੜ ਦਾ ਪਤਾ ਲਾਇਆ ਜਾਵੇ ਜੇ ਮੈਨੂੰ ਕੁਝ ਵੀ ਹੁੰਦਾ ਹੈ ਇਹਦਾ ਜ਼ਿੰਮੇਵਾਰ ਪ੍ਰਦੀਪ ਕੁਮਾਰ ਜਾਦਵ ਆ ਚਾ ਮੈਨੂੰ ਜਾਂ ਮੇਰੇ ਕਿਸੇ ਸੇਵਾਦਾਰ ਨੂੰ ਜਾਂ ਜਿਹੜਾ ਉਹ ਐਸਆਈ ਮੁੰਡਾ ਉਹਨੂੰ ਜਾਂ ਦੀ ਕੋਈ ਨੌਕਰੀ ਨੂੰ ਜਾਂ ਕੋਈ ਜਾਨ ਤੋਂ ਕੋਈ ਵੀ ਖਤਰਾ ਦਾ ਉਹਦਾ ਪ੍ਰਦੀਪ ਕੁਮਾਰ ਜਾਦਵ ਜ਼ਿੰਮੇਵਾਰ ਇਸੇ ਤਰ੍ਹਾਂ ਦਾ ਇੱਕ ਕੇਸ ਤੁਹਾਨੂੰ ਮੈਂ ਹੋਰ ਯਾਦ ਕਰਾਉਣਾ डीआईजी डिप्टी इंस्पेक्टर जनरल ऑफ पुलिस इंद्रबीर सिंह ਦਾ इंद्रबीर सिंह ਪਿਛਲੇ ਸਾਲ ਤੱਕ ਫਿਰੋਜ਼ਪੁਰ ਰੇਂਜ ਦੇ ਉਥੋਂ ਦੇ ਡੀਆਈਜੀ ਸੀ ਉਹਨਾਂ ਦੇ ਖਿਲਾਫ ਵੀ ਇਸ ਤਰ੍ਹਾਂ ਦਾ ਮਾਮਲਾ ਆਇਆ ਸੀ ਔਰ ਤੁਸੀਂ ਯਾਦ ਕਰੋ ਥੋੜਾ ਜਿਹਾ ਆਪਣੀ ਯਾਦਦਾਸ਼ਤੇ ਜੇ ਤੁਸੀਂ ਜ਼ੋਰ ਦੋਗੇ ਤਾਂ ਅਸੀਂ ਪਹਿਲਾਂ ਵੀ ਇਹ ਤੁਹਾਨੂੰ ਸਟੋਰੀ ਤੁਹਾਡੇ ਲਈ ਲੈ ਕੇ ਆਏ ਸੀ ਇਹ ਖਬਰ ਤੁਹਾਨੂੰ ਦੱਸੀ ਸੀ ਉਥੇ ਕਿ ਡੀਐਸਪੀ ਫੜਿਆ ਗਿਆ ਸੀ ਲਖਬੀਰ ਸਿੰਘ ਨਾਮ ਦਾ ਜਿਸ ਨੇ ਕਿਸੇ ਸਮਗਲਰ ਦੇ ਨਾਲ ਮਿਲ ਕੇ ਉਹਨਾਂ ਤੇ ਖੈਰਨਾਮਾ ਤੇ 10 ਲੱਖ ਰੁਪਇਆ ਉਹਨੇ ਲਿਆ ਸੀ ਕਿ ਤੈਨੂੰ ਮੈਂ ਜੇਲ੍ਹ ਚੋਂ ਛੁਡਾ ਦੂੰਗਾ ਉਸ ਤੋਂ ਬਾਅਦ ਉਹਦਾ ਪਤਾ ਲੱਗ ਗਿਆ ਤੇ ਅੱਜ ਵੀ ਲਖਵੀਰ ਸਿੰਘ ਜੇਲ੍ਹ 'ਚ ਆ ਇਹ ਤਰਨਤਾਰਨ ਇਲਾਕੇ ਦਾ ਕੇਸ ਆ ਉਹਨਾਂ ਦਿਨਾਂ ਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆਈ ਕਿ ਕੱਲਾ ਡੀਐਸਪੀ ਨਹੀਂ ਐ ਇੱਕ ਇਨਸਪੈਕਟਰ ਆ ਬਰਜਿੰਦਰ ਸਿੰਘ ਇਹ ਵੀ ਇਹਦੇ ਨਾਲ ਆ ਇਹਨਾਂ ਨੇ ਔਰ ਜਿਹੜੇ ਡੀਆਈਜੀ ਇੰਦਰਬੀਰ ਸਿੰਘ ਦਾ ਵੀ ਨਾਂ ਆਉਂਦਾ ਸੀ ਇਹਨਾਂ ਨੇ ਮਿਲ ਕੇ ਇੱਕ ਆਪਣੇ ਹੀ ਸਬ ਇਨਸਪੈਕਟਰ ਜਿਹਦਾ ਨਾਂ ਬਲਜਿੰਦਰ ਸਿੰਘ ਆ ਉਸ ਤੋਂ 23 ਲੱਖ ਰੁਪਏ ਦੀ ਐਕਸਟਰਸ਼ਨ ਕਰ ਲਈ ਇਹ ਤੁਸੀਂ ਦੇਖੋ ਪੁਲਿਸ ਦਾ محکمہ ਸੀਨੀਅਰ ਪੁਲਿਸ ਅਫਸਰ ਆਪਣੀ ਪੁਲਿਸ ਦੇ ਮੈਂਬਰਾਂ ਨੂੰ ਜਾਂ ਆਪਣੀ ਪੁਲਿਸ ਅਧਿਕਾਰੀਆਂ ਨੂੰ ਲੁੱਟੇ ਜਾਂਦੇ ਨੇ 23 ਲੱਖ ਰੁਪਏ ਦੀ ਔਰ ਇਹ ਕੇਸ ਵੀ ਹੁਣ ਚੱਲ ਰਿਹਾ ਔਰ ਇਸ ਟਾਈਮ ਵਿਜੀਲੈਂਸ ਬਿਊਰੋ ਕੋਲੇ ਆ ਪਿਛਲੇ ਦਿਨਾਂ ਦੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਡੀਆਈਜੀ ਇੰਦਰਬੀਰ ਸਿੰਘ ਇਸ ਟਾਈਮ ਇੱਕ ਜੁਆਇੰਟ ਡਾਇਰੈਕਟਰ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਲੋਰ ਦੇ ਵਿੱਚ ਉੱਥੇ ਤਾਇਨਾਤ ਨੇ ਔਰ ਇਹਨਾਂ ਨੂੰ ਦੋ ਵਾਰੀ ਵਿਜੀਲੈਂਸ ਬਿਊਰੋ ਬੁਲਾ ਚੁੱਕਾ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਅਪ੍ਰੈਲ ਦੇ ਮਹੀਨੇ ਦੇ ਵਿੱਚ ਵੀ 3-4 ਘੰਟੇ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਸੀ ਡੀਆਈਜੀ ਰਾਹੁਲ ਐਸ ਜਿਹੜੇ ਡਾਇਰੈਕਟਰ ਨੇ ਪੰਜਾਬ ਵਿਜੀਲੈਂਸ ਬਿਊਰੋ ਨੇ ਇਹਨਾਂ ਨੇ ਤੇ ਇਹਨਾਂ ਦੇ ਨਾਲ ਦੋ ਐਸਐਸਪੀ ਨੇ ਇੱਕ ਗੁਰਮੀਤ ਸਿੰਘ ਤੇ ਇੱਕ ਨੇ ਵਰਿੰਦਰ ਸਿੰਘ ਸੰਧੂ ਇਹਨਾਂ ਨੇ ਰਲ ਕੇ ਡੀਆਈਜੀ ਇੰਦਰਬੀਰ ਸਿੰਘ ਦੀ ਪੁੱਛਗਿੱਛ ਤਾਂ ਕਰ ਲਈ ਆ ਕਿ ਕੀ ਇਹ ਵੀ ਉਸ ਐਕਸਟਰਸ਼ਨ ਦੇ ਵਿੱਚ ਸ਼ਾਮਿਲ ਸੀ ਪਰ ਦੇਖਦੇ ਹਾਂ ਕਿ ਹਜੇ ਇਸ ਸਾਰੇ ਮਾਮਲੇ ਨੂੰ ਕਿੰਨਾ ਟਾਈਮ ਲੱਗਦਾ ਕਿਸੇ ਖਾਸ ਨਤੀਜੇ ਤੱਕ ਪਹੁੰਚਣ ਲਈ ਪਰ ਜਦੋਂ ਇਸ ਤਰ੍ਹਾਂ ਦੇ ਕੇਸ ਆਉਂਦੇ ਨੇ ਜਿਨ੍ਹਾਂ ਦੇ ਨਾਮ ਕਿਸੇ ਦੇ ਆਈਜੀ ਕੋਈ ਡੀਆਈਜੀ ਕੋਈ ਐਸਪੀ ਕੋਈ ਡੀਐਸਪੀ ਯਾ ਇਵਨ ਕਿ ਥਲੜੇ ਅਧਿਕਾਰੀ ਸਬ ਇਨਸਪੈਕਟਰ ਤਾਂ ਬੜੀ ਹੈਰਾਨੀ ਹੁੰਦੀ ਹੈ ਕਿ ਇਹ ਪੁਲਿਸ ਆ ਇਹ ਵਾਕੇ ਲੋਕਾਂ ਦੀ ਹਿਫਾਜ਼ਤ ਲਈ ਬਣੀ ਹੈ ਜਾਂ ਪੁਲਿਸਿੰਗ ਦੇਣ ਲਈ ਬਣੀ ਹੈ ਜਾਂ ਆਪਣੇ ਇਹ ਰੈਕਟੇਅਰਸ ਬਣ ਚੁੱਕੇ ਨੇ ਕਿ ਅਸੀਂ ਐਕਸਟਰਸ਼ਨਸ ਕਿਸ ਤਰ੍ਹਾਂ ਕਰਦੀਆਂ ਪੈਸੇ ਕਿਸ ਤਰ੍ਹਾਂ ਉਗਰਾਣੇ ਨੇ ਮੁਹਾਲੀ ਦੇ ਬਕਰਪੁਰ ਪਿੰਡ ਦੇ ਵਿੱਚ ਅਮਰੂਦਾਂ ਦੇ ਬਾਗ ਦਿਖਾਏ ਗਏ ਸਨ 2016 ਤੋਂ ਲੈ ਕੇ ਸਨ 2020 ਤੱਕ ਔਰ ਉਸ ਤੋਂ ਬਾਅਦ ਉਹਨਾਂ ਦੇ ਮੁਆਵਜ਼ੇ ਲਏ ਗਏ ਇਹ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਦੱਸ ਚੁੱਕਾ 2 ਮਈ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਦੇ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਹੈ 18 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੁਣ ਇਹ ਜਿਹੜੇ 18 ਚੋਂ ਕੁਝ ਵਿਅਕਤੀ ਅਦਾਲਤਾਂ ਦੇ ਵਿੱਚ ਭੱਜ ਗਏ ਕਹਿੰਦੇ ਕਿ ਸਾਨੂੰ ਅਗਾਊ ਜ਼ਮਾਨਤ ਚਾਹੀਦੀ ਆ ਔਰ ਅਦਾਲਤ ਦੇ ਵਿੱਚ ਇਹ ਵੀ ਜਾ ਕੇ ਕਹਿੰਦੇ ਨੇ ਕਹਿੰਦੇ ਅਸੀਂ ਪੈਸੇ ਮੋੜਨ ਲਈ ਤਿਆਰ ਆ ਅਦਾਲਤ ਨੇ ਇਹਨਾਂ ਦੀ ਗੱਲ ਸੁਣੀ ਨਹੀਂ ਇਹ ਐਡੀਸ਼ਨਲ ਡਿਸਟ੍ਰਿਕਟ ਸੈਸ਼ਨ ਜੱਜ ਨੇ ਸੰਦੀਪ ਕੁਮਾਰ ਸਿੰਘਲਾ ਉਹਨਾਂ ਦੀ ਕੋਰਟ ਦੇ ਵਿੱਚ ਇਹਨਾਂ ਨੇ ਆਪਣੀ ਅਗਾਊਂ ਜ਼ਮਾਨਤ ਲਾਈ ਸੀ ਐਂਟੀਸੀਪੇਟਰੀ ਬੇਲ ਔਰ ਬੀਤੇਸ਼ ਨਿਚਰਵਾਰ ਨੂੰ ਇਹਨਾਂ ਦੀ ਜਿਹੜੀ ਜ਼ਮਾਨਤ ਆ ਉਹ ਰੱਦ ਕਰ ਦਿੱਤੀ ਗਈ ਪਹਿਲਾਂ ਤਾਂ ਮੈਂ ਦੱਸਦਾ ਕਿਹਨਾਂ-ਕਿਹਨਾਂ ਦੀ ਜ਼ਮਾਨਤਾਂ ਰੱਦ ਹੋਈਆਂ ਜੈਸਮੀਨ ਕੌਰ ਜੈਸਮੀਨ ਕੌਰ ਕੌਣ ਨੇ اے ਡੀਸੀ ਡਿਪਟੀ ਕਮਿਸ਼ਨਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਫਿਰੋਜ਼ਪੁਰ ਰਾਜੇਸ਼ ਧਿਮਾਨ ਦੇ ਪਤਨੀ ਨੇ ਕਿਉਂਕਿ ਇਹਨਾਂ ਦਾ ਵੀ ਨਾਂ ਆਉਂਦਾ ਸੀ 1 ਕਰੋੜ 17 ਲੱਖ ਰੁਪਇਆ ਇਹਨਾਂ ਨੇ ਵੀ ਮੁਆਵਜ਼ਾ ਲਿਆ ਸੀ ਇਹ ਵੀ ਗਏ ਸੀ ਇਹਨਾਂ ਦੇ ਨਾਲ ਭੁਪਿੰਦਰ ਸਿੰਘ ਭਿੰਦਾ ਇਹ ਪ੍ਰਾਪਰਟੀ ਡੀਲਰ ਦੱਸੇ ਜਾਂਦੇ ਨੇ ਤੇ ਇਸ ਤੋਂ ਇਲਾਵਾ ਇਹਨਾਂ ਦੀ ਪਤਨੀ ਕੁਲਵਿੰਦਰ ਕੌਰ ਇਹ ਵੀ ਗਈ ਸੀ ਤੇ ਨਾਲ ਹੀ ਇਹਨਾਂ ਦੀ ਕੁੜੀ ਹੈ ਇਹਨਾਂ ਦੀ ਡਾਕਟਰ ਆ ਮਨਪ੍ਰੀਤ ਕੌਰ ਇਹ ਵੀ ਗਏ ਸੀ ਇਹਨਾਂ ਸਾਰੇ ਚਾਰਾਂ ਦੀ ਐਂਟੀਸੀਪੇਟਰੀ ਬੇਲ ਐਡੀਸ਼ਨਲ ਡਿਸਟ੍ਰਿਕਟ ਸੈਸ਼ਨ ਜੱਜ ਨੇ ਖਾਰਜ ਕਰ ਦਿੱਤੀ ਕਹਿੰਦੇ ਤੁਸੀਂ ਡਿਜ਼ਰਵ ਨਹੀਂ ਕਰਦੇ ਹੁਣ ਅਗਲੀ ਗੱਲ ਸੁਣੋ ਇਨਾ ਬਲਕਿ ਸਾਰੇ ਨੇ ਇਹ ਵੀ ਕਿਹਾ ਅਦਾਲਤ ਦੇ ਵਿੱਚ ਸਿਰਫ ਜ਼ਮਾਨਤ ਲੈ ਲਈ ਕਹਿੰਦੇ ਅਸੀਂ ਤਾਂ ਕੰਪਨਸੇਸ਼ਨ ਦੇਣ ਲਈ ਤਿਆਰ ਆ ਜਿਹੜਾ ਮੁਆਵਜ਼ਾ ਅਸੀਂ ਲਿਆ ਉਹ ਅਸੀਂ ਜਮ੍ਹਾਂ ਕਰਾ ਦਿੰਨੇ ਆ ਇਹ ਤਾਂ ਇਸ ਤਰ੍ਹਾਂ ਹੋਇਆ ਕਿ ਚੋਰ ਫੜਿਆ ਜਾਵੇ ਕੋਈ ਡਾਕੂ ਫੜਿਆ ਜਾਵੇ ਉਹ ਕਹਿੰਦਾ ਜੀ ਆਹ ਜਿਹੜਾ ਡਾਕੇ ਦਾ ਸਾਰਾ ਸਮਾਨ ਆ ਚੋਰੀ ਦਾ ਸਮਾਨ ਆ ਵਾਪਸ ਲੈ ਲਓ ਤੇ ਮੈਨੂੰ ਛੱਡ ਦਿਓ ਮੈਂ ਉਸੇ ਤਰ੍ਹਾਂ ਸਾਥ ਦਾ ਸਾਥ ਇਸ ਤਰ੍ਹਾਂ ਦੇ ਵਿਅਕਤੀ ਜਦੋਂ ਅਦਾਲਤਾਂ ਦੇ ਵਿੱਚ ਇਹ ਕਹਿੰਦੇ ਨੇ ਜਾ ਕੇ ਤੇ ਬੜੀ ਹੈਰਾਨੀ ਹੁੰਦੀ ਆ ਕਿ ਇਹਨਾਂ ਨੂੰ ਲੱਗਦਾ ਕੀ ਮੁਆਵਜ਼ਾ ਲੈਣਾ ਜਾਂ ਪੈਸੇ ਲੈਣੇ ਜਾਂ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣਾ ਇਹਦੇ ਵਿੱਚ ਤਾਂ ਕੋਈ ਗੱਲ ਹੀ ਨਹੀਂ ਹੈ ਔਰ ਅੱਜ ਵੀ ਜਿਹੜੇ ਰਜੇਸ਼ ਧਮਾਨ ਨੇ ਹਜੇ ਤੱਕ ਡਿਪਟੀ ਕਮਿਸ਼ਨਰ ਕਿਉਂ ਬਣੇ ਹੋਏ ਨੇ ਫਿਰੋਜ਼ਪੁਰ ਤੋਂ ਉਹਨਾਂ ਨੂੰ ਕਿਉਂ ਨਹੀਂ ਹਟਾਇਆ ਗਿਆ ਕਿਉਂਕਿ ਡਿਪਟੀ ਕਮਿਸ਼ਨਰ ਰਜੇਸ਼ ਧਮਾਨ ਉਹਨਾਂ ਦਿਨਾਂ ਦੇ ਵਿੱਚ ਮੈਂ ਸਨ 2016 ਦੀ ਗੱਲ ਕਰ ਰਿਹਾ ਇਹ ਹੀ ਤਾਂ ਸੀ ਗਮਾਟਾ ਦੇ ਐਡੀਸ਼ਨਲ ਚੀਫ ਐਡਮਿਨਿਸਟ੍ਰੇਟਰ ਤੇ ਇਹਨਾਂ ਨੇ ਹੀ ਜਾਣਕਾਰੀ ਦਿੱਤੀ ਹੋਊਗੀ ਆਪਣੀ ਪਤਨੀ ਨੂੰ ਕਿ ਆਹ ਫੁਲਾਣੀ ਜ਼ਮੀਨ ਹੈ ਜਿਹੜੀ ਇਹ ਵਿਕ ਰਹੀ ਆ ਜਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਆਕਸ਼ਨ ਹੋ ਰਹੀ ਹੈ ਤੇ ਇੱਥੇ ਆਪਾਂ ਬਾਗ ਦਿਖਾ ਦਿੰਦੇ ਆ ਇਹਨਾਂ ਦੀ ਤਹਿਕੀਕਤ ਕਿਉਂ ਨਹੀਂ ਹੋ ਰਹੀ ਇੱਕ ਗੱਲ ਇਸ ਤੋਂ ਪਹਿਲਾਂ ਗੁਰਪ੍ਰੀਤ ਕੌਰ ਕਹਿੰਦੀ ਕਿ ਮੈਂ 62 ਸਾਲਾਂ ਦੀ ਇਹ ਵੀ ਨਾਮਜਾਦਾ ਐਫਆਈਆਰ ਦੇ ਵਿੱਚ ਇਹ ਵੀ ਪਿਛਲੇ ਹਫਤੇ ਗਏ ਸੀ ਅਗਾਊਂ ਜ਼ਮਾਨਤ ਲੈਣ ਲਈ ਇਹਨਾਂ ਦੀ ਵੀ ਜਿਹੜੀ ਜ਼ਮਾਨਤ ਆ ਉਹ ਜਬਤ ਹੋ ਗਿਆ ਅਦਾਲਤ ਨੇ ਹੁਣ ਇਹਨਾਂ ਨੂੰ ਅਗਲੀ ਤਰੀਕ 14 ਜੂਨ ਦੀ ਦਿੱਤੀ ਆ ਇਹ ਤਾਂ ਗੱਲ ਹੋ ਗਈ ਇਹਨਾਂ ਦੀ ਪਰ ਗੱਲ ਇੱਥੇ ਖਤਮ ਨਹੀਂ ਹੁੰਦੀ ਗੱਲ ਤਾਂ ਇੱਥੇ ਸ਼ੁਰੂ ਹੁੰਦੀ ਆ ਇੱਕ ਹੋਰ ਅਧਿਕਾਰੀ ਨੇ ਐਕਸਾਈਜ਼ ਕਮਿਸ਼ਨਰ ਨੇ ਵਰਨ ਰੂਜਮ ਉਹਨਾਂ ਦਾ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਤੇ ਹੁਣ ਫੇਰ ਕਰ ਰਹੇ ਆ ਕਿਉਂਕਿ ਉਹਨਾਂ ਦੇ ਘਰ ਦਾ ਨਾਮ ਘਰ ਦਾ ਪਤਾ ਆ ਰਿਹਾ ਪਰ ਘਰ ਦਾ ਨਾਮ ਜਿੱਥੇ ਆ ਰਿਹਾ ਉਹਨਾਂ ਦਾ ਪਤਨੀ ਦਾ ਨਾਮ ਜਿਹੜਾ ਆ ਰਿਹਾ ਉਹ ਆ ਰਿਹਾ ਸੁਮਨਪ੍ਰੀਤ ਕੌਰ ਜਦਕਿ ਉਹਨਾਂ ਦੀ ਆਪਣੀ ਘਰ ਵਾਲੀ ਦਾ ਨਾਮ ਆ ਸਿਮਰਪ੍ਰੀਤ ਕੌਰ ਇਸ ਕਰਕੇ ਉਹਨਾਂ ਨੂੰ ਬੈਨੀਫਿਟ ਆਫ ਡਾਊਟ ਮਿਲ ਰਿਹਾ ਇਸ ਕਰਕੇ ਉਹ ਕੁਝ ਬੋਲ ਵੀ ਨਹੀਂ ਰਹੇ ਨਾ ਤਾਂ ਹਜੇ ਤੱਕ ਆਪਣੀ ਪੋਜੀਸ਼ਨ ਵਰਨ ਅਰੋਜਵ ਨੇ ਕਿਸੇ ਤਰ੍ਹਾਂ ਸਪਸ਼ਟ ਕੀਤੀ ਹੈ ਤੇ ਨਾ ਹੀ ਹਜੇ ਤੱਕ ਆਪਣੀ ਪੋਜੀਸ਼ਨ ਵਿਜੀਲੈਂਸ ਬਿਊਰੋ ਨੇ ਸਪਸ਼ਟ ਕੀਤੀ ਆ ਹੁਣ ਤੁਸੀਂ ਇੱਕ ਚੀਜ਼ ਦੇਖੋ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਇਹਦਾ ਫਾਇਦਾ ਉਠਾਇਆ ਜਾਂਦਾ ਸਨ 2020 ਦੇ ਵਿੱਚ ਜਿਹੜੀ ਐਫ ਆਈ ਆਰ 8 ਨੰਬਰ ਜਿਹਦਾ ਅਕਸਰ ਆਪਾਂ ਜ਼ਿਕਰ ਕਰਦੇ ਆ ਉਹਦੇ ਵਿੱਚ ਇੱਕ ਵਿਅਕਤੀ ਨੂੰ ਬੁੱਕ ਕੀਤਾ ਗਿਆ ਸਿਮਰਨ ਸਿੰਘ ਬਰਾੜ ਇਸ ਨਾਮ ਨਾਲ ਪਰ ਉਹਦਾ ਡੈਜ਼ਿਗਨੇਸ਼ਨ ਕੀ ਲਿਖਤਾ ਡੈਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਸਿਮਰਨ ਸਿੰਘ ਬਰਾੜ ਨਾਮ ਦਾ ਕੋਈ ਡੀਈਟੀਸੀ ਹੈ ਹੀ ਨਹੀਂ ਸੀ ਬਲਕਿ ਜਿਹੜਾ ਸੀ ਉਹ ਹੋਰ ਸੀ ਔਰ ਸਿਮਰਨ ਸਿੰਘ ਬਰਾੜ ਈਟੀਓ ਸੀ ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ ਤੇ ਜਿਹੜਾ ਅੱਜ ਵੀ ਈਟੀਓ ਆ ਪਰ ਇਸ ਗੱਲ ਦਾ ਫਾਇਦਾ ਇੰਨਾ ਕੀ ਹੋਇਆ ਕਿਉਂਕਿ ਇਸ ਵਿਅਕਤੀ ਦੀ ਨਾ ਤਾਂ ਕਦੇ ਕੋਈ ਗ੍ਰਿਫਤਾਰੀ ਹੋਈ ਨਾ ਇਸ ਨੂੰ ਕਿਸੇ ਤਰ੍ਹਾਂ ਦੀ ਕੋਈ ਜ਼ਮਾਨਤ ਲੈਣੀ ਪਈ ਨਾ ਇਸ ਦੀ ਕੋਈ ਚਾਰ ਸ਼ੀਟ ਹੋਈ ਇਹ ਤਾਂ ਬਚ ਗਿਆ ਤੇ ਜਿਸ ਵਿਅਕਤੀ ਨੂੰ ਬਚਾਉਣਾ ਸੀ ਉਹ ਅੱਜ ਵੀ ਬਚਿਆ ਹੋਇਆ ਹਾਲਾਂਕਿ ਉਸ ਦਾ ਨਾਮ 161 ਤੇ 164 ਦੇ ਬਿਆਨਾਂ ਦੇ ਵਿੱਚ ਆਉਂਦਾ ਉਹ ਨਾਮ ਉੱਥੇ ਹੀ ਆ ਪਰ ਇਸ ਤਰ੍ਹਾਂ ਅਧਿਕਾਰੀਆਂ ਨੂੰ ਬਚਾ ਲਿਆ ਜਾਂਦਾ ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ ਹੁਣ ਆਉਂਦੇ ਆ ਵਰਨ ਰੂਜਮਤੇ ਜਿਹੜੇ ਵਰਨ ਰੂਜਮ ਦਾ ਘਰ ਦਾ ਪਤਾ ਦੱਸਿਆ ਜਿਸ ਔਰਤ ਦਾ ਨਾਮ ਲਿਖਿਆ ਉੱਤੇ ਸੁਮਨ ਪ੍ਰੀਤ कौर ਜੋ ਵੀ ਆ ਹੋ ਉਹਦਾ ਨਾਮ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਸਾਰੇ ਜਿੰਨੇ ਐਫ ਆਈ ਆਰ ਦੇ ਵਿੱਚ 18 ਦੇ 18 ਨਾਮ ਆ ਬਲਕਿ 17 ਕਵਾਂਗੇ ਇਹਨਾਂ ਦਾ ਨਾਮ ਛੱਡ ਦੋ ਸਭ ਦਾ ਲਿਖਿਆ ਵਾਈਫ ਆਫ ਕੌਣ ਆ ਡਾਟਰ ਆਫ ਕੌਣ ਆ ਹਸਬੰਡ ਕੀ ਦਾ ਹੈਗਾ ਜਾਂ ਉਹਦਾ ਫਾਦਰ ਕੌਣ ਆ ਸਾਰਾ ਕੁਝ ਲਿਖਿਆ ਪਰ ਇਸ ਨਾਮ ਨੂੰ ਛੱਡ ਦਿੱਤਾ ਗਿਆ ਕੀ ਇਹ ਜਾਣਬੁੱਝ ਕੇ ਛੱਡਿਆ ਗਿਆ ਤਾਂ ਕਿ ਨਾ ਸੁਮਨਪ੍ਰੀਤ ਨਾਮ ਦੀ ਕੋਈ ਕੁੜੀ ਹੋਵੇ ਜਾਂ ਔਰਤ ਹੋਵੇ ਤੇ ਨਾ ਹੀ ਇਹ ਕੇਸ ਅੱਗੇ ਵਧੇ ਕਿਸੇ ਨੂੰ ਗੱਲ ਕਰਨ ਦੀ ਲੋੜ ਹੀ ਨਹੀਂ ਇਸੇ ਕਰਕੇ ਤਾਂ ਕੋਈ ਰਿਐਕਸ਼ਨ ਨਹੀਂ ਦੇ ਰਹਾ ਤੇ ਨਾ ਹੀ ਬਿਜ਼ਨਸ ਮੇਰ ਨੂੰ ਅੱਗੇ ਆ ਕੇ ਦੱਸਣਾ ਪਵੇ ਕੀ ਹੋਇਆ ਕੀ ਆ ਹੁਣ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ED ਨੇ ਰੈਕਡ ਮੰਗ ਲਿਆ ਇਹਨਾਂ ਦੇ ਅਸਿਸਟੈਂਟ ਡਾਇਰੈਕਟਰ ਨੇ ਜਲੰਧਰ ਰਿਆ ਜ਼ੋਨਲ ਆਫਿਸ ED ਦੇ ਲੁਮੇਸ਼ ਕੁਮਾਰ ਉਹਨਾਂ ਨੇ ਪੰਜਾਬ ਵਿਜੀਲੈਂਸ ਬਿਊਰੋ ਤੋਂ ਰੈਕਡ ਮੰਗਿਆ ਕਹਿੰਦੇ ਸਾਨੂੰ ਇਹ ਸਾਰਾ ਜਿਹੜਾ ਅਮਰੂਦਾਂ ਦੇ ਵਿੱਚ ਕਪਲਾ ਹੋਇਆ ਇਹਦੀਆਂ ਸਰਟੀਫਾਈਡ ਕਾਪੀਜ਼ ਦੋ ਸਾਨੂੰ ਸਾਰਾ ਕੁਝ ਦੱਸੋ ਤਾਂ ਕਿ ਸਾਨੂੰ ਪਤਾ ਲੱਗੇ ਤੇ ਹੁਣ ਇੱਕ ਚੀਜ਼ ਇਹ ਦੱਸੋ ਕਿ ਕੀ ਇਹ ਵਿਜੀਲੈਂਸ ਬਿਊਰੋ ਇਸ ਐਫਆਈਆਰ ਨੂੰ ਦਰੁਸਤ ਕਰਕੇ ਜਾਂ ਨਾ ਦਰੁਸਤ ਕਰਕੇ ਦੇਵੇਗਾ ਜੇ ਇਸ ਤਰ੍ਹਾਂ ਦੀ ਗਲਤ ਦੀ ਗਲਤ ਐਫਆਈਆਰ ਹੀ ਅੱਗੇ ਧੱਕ ਦੇਗਾ ਈਡੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਪਊਗਾ ਇੱਕ ਚੀਜ਼ ਤੁਸੀਂ ਹੋਰ ਦੇਖੋ ਇਹ ਸਾਰੀਆਂ ਚੀਜ਼ਾਂ ਜਦੋਂ ਹੋ ਰਹੀਆਂ ਹੁੰਦੀਆਂ ਨੇ ਤੇ ਕਿਤੇ ਨਾ ਕਿਤੇ ਜਿਹੜੇ ਸੈਕਟਰੀ ਵਿਜੀਲੈਂਸ ਬਿਊਰੋ ਆ ਉਹ ਇਸ ਵੱਲ ਧਿਆਨ ਹੀ ਨਹੀਂ ਦਿੰਦੇ ਕਿਉਂਕਿ ਜਿਹੜਾ ਵਿਜੀਲੈਂਸ ਬਿਊਰੋ ਆ ਉਹ ਪੰਜਾਬ ਦੇ ਡੀਜੀਪੀ ਨੂੰ ਰਿਪੋਰਟ ਨਹੀਂ ਕਰਦਾ ਜਾਂ ਤਾਂ ਉਹਦੇ ਵਿੱਚ ਚੀਫ ਸੈਕਟਰੀ ਵੀ ਕੇ ਜੰਝੂਆ ਹੁੰਦੇ ਨੇ ਜਿਨ੍ਹਾਂ ਨੂੰ ਇਹ ਮਹਿਕਮਾ ਰਿਪੋਰਟ ਕਰਦਾ ਜਾਂ ਸੈਕਟਰੀ ਵਿਜੀਲੈਂਸ ਹੁੰਦੇ ਨੇ ਤੇ ਅੱਜ ਕੱਲ੍ਹ ਕੁਮਾਰ ਰਾਹੁਲ ਨੇ ਇਹ ਇਸ ਚੀਜ਼ ਨੂੰ ਕਿਉਂ ਨਹੀਂ ਜਿੱਕਨੀ ਬਣਾਉਂਦੇ ਕਿ ਇਹਨਾਂ ਦੀ ਐਫਆਈਆਰ ਪਰਵਾਨਗੀਆਂ ਤਾਂ ਠੀਕ ਆ ਪਰਵਾਨਗੀਆਂ ਵੀ ਕਰੋ ਪਰ ਤੁਸੀਂ ਦੇਖੋ ਇਹ ਜਿਹੜੀਆਂ ਐਫਆਈਆਰਸ ਇਸ ਤਰ੍ਹਾਂ ਹੋ ਰਹੀਆਂ ਇਸ ਤੇ ਵੀ ਧਿਆਨ ਦਿਓ ਇਸ ਤੋਂ ਪਹਿਲਾਂ ਰਜਤ ਅਗਰਵਾਲ ਸੀ ਉਹਨਾਂ ਨੇ ਵੀ ਕਦੇ ਧਿਆਨ ਨਹੀਂ ਦਿੱਤਾ ਨਾ ਪਰਵਾਨੀਆਂ ਦਵਾਈਆਂ ਡਿਲੇ ਹੁੰਦੀਆਂ ਰਹੀਆਂ ਤੁਸੀਂ ਦੇਖੋ ਕਿੰਨੇ ਕੇਸਿਸ ਦੇ ਵਿੱਚ ਜਿਹੜੀਆਂ ਪ੍ਰੋਬਸ ਨੇ ਜਾਂ ਜਾਂਚਾਂ ਨੇ ਉਹ ਲਗਾਤਾਰ ਡਿਲੇ ਹੋਈਆਂ ਇਸ ਤੋਂ ਇਲਾਵਾ ਵਿਵੇਕ ਪ੍ਰਤਾਪ ਸਿੰਘ ਵੀਪੀ ਸਿੰਘ ਜਿਨ੍ਹਾਂ ਨੂੰ ਕਹਿੰਦੇ ਇਹ ਵੀ ਬਹੁਤ ਸਮਾਂ ਇਸ ਮਹਿਕਮੇ ਦੇ ਸੈਕਟਰੀ ਰਹੇ ਆ ਕੀਤਾ ਇਹਨਾਂ ਨੇ ਵੀ ਕੁਝ ਨਹੀਂ ਆ ਕਹਿਣ ਦਾ ਭਾਵ ਇਹ ਆ ਸਾਰੀਆਂ ਗੱਲਾਂ ਮੈਂ ਤੁਹਾਨੂੰ ਤਾਜ਼ ਦੱਸ ਰਿਹਾ ਕਿ ਇਹ ਜਦੋਂ ਚੀਜ਼ਾਂ ਆ ਜਾਂਦੀਆਂ ਨੇ ਰੌਲਾ ਪੈ ਜਾਂਦਾ ਅਖਬਾਰਾਂ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਕਿ ਵਿਜੀਲੈਂਸ ਬਿਊਰੋ ਨੇ ਕੇਸ ਦਰਜ ਕਰ ਲਿਆ ਪਰ ਜਦੋਂ ਉਸ ਕੇਸ ਦੇ ਵਿੱਚ ਮੁੱਢਲੀ ਐਫਆਈਆਰ ਦੇ ਵਿੱਚ ਫਲੋ ਹੋਵੇ ਜਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਗਲਤੀ ਹੋਵੇ ਤੇ ਕਈ ਤਰ੍ਹਾਂ ਦੇ ਫਿਰ ਸਵਾਲ ਪੈਦਾ ਹੁੰਦੇ ਨੇ ਔਰ ਇਹ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਜਿਹੜੇ ਵਰਨੂ ਰੁਜਮ ਨੇ ਐਕਸਾਈਜ਼ ਕਮਿਸ਼ਨਰ ਨੇ ਇਹ ਵੀ ਤਾਂ ਉਸ ਟਾਈਮ ਗਮਾੜਾ ਦੇ ਚੀਫ ਐਡਮਿਨਿਸਟ੍ਰੇਟਰ ਰਹੇ ਨੇ ਤੇ ਇਹਨਾਂ ਦੀ ਪਤਨੀ ਨੂੰ ਵੀ ਅੱਛਾ ਹਾਂ ਜਿਹੜੇ ਸਾਰਾ ਰੈਕਡ ਗਮਾੜਾ ਕੋਲ ਆ ਉਹਦੇ ਵਿੱਚ ਇਹਨਾਂ ਦੇ ਨਾਮ ਆ ਤੁਸੀਂ ਦੇਖੋ ਉਹ ਚ ਵਰਨ ਨੁਰਜਨ ਦਾ ਵੀ ਨਾਮ ਆ ਤੇ ਇਹਨਾਂ ਦੀ ਪਤਨੀ ਸਿਮਰਪ੍ਰੀਤ ਕੌਰ ਦਾ ਵੀ ਨਾਮ ਆ ਉੱਥੇ ਤਾਂ ਨਾਮ ਹੈ ਪਰ ਐਫ ਆਈ ਆਰ ਚੋਂ ਗਾਇਬ ਆ ਇਸੇ ਕਰਕੇ ਜਦੋਂ ਆਈ ਐਸ ਅਫਸਰਾਂ ਦੀ ਗੱਲ ਆਉਂਦੀ ਹੈ ਤੇ ਉਹਨਾਂ ਨੂੰ ਜਦੋਂ ਬਚਾਉਣ ਦੀ ਗੱਲ ਹੁੰਦੀ ਹੈ ਤੇ ਫੇਰ ਬਾਰ-ਬਾਰ ਸਾਡਾ ਇਹ ਕਹਿਣਾ ਬਣਦਾ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਇਹਨਾਂ ਨੂੰ ਬਚਾਉਂਦਾ ਨੀਲਮਾ ਦੀ ਤੁਸੀਂ ਗੱਲ ਦੇਖ ਲਓ ਅੱਜ ਤੱਕ ਨੀਲਮਾ ਨੂੰ ਕਦੇ ਬੁਲਾਇਆ ਨਹੀਂ ਗਿਆ ਉਹ ਮੈਨੇਜਿੰਗ ਡਾਇਰੈਕਟਰ ਸੀ ਉਸ ਤੋਂ ਬਾਅਦ ਪੀ ਐਸ ਆਈ ਸੀ ਦਾ ਸਾਰਾ ਸਕੈਮ ਹੋਇਆ ਸੀ ਉਹਦੇ ਵਿੱਚ ਨਾ ਤਾਂ ਐਫਆਈਆਰ ਦੇ ਵਿੱਚ ਆ ਗਿਆ ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਇਹ ਤਾਂ ਸਾਰੇ ਅਫਸਰ ਇਕੱਠੇ ਹੋਗੇ ਸੋ ਕਹਿਣ ਦਾ ਭਾਵ ਆ ਕਿ ਜਿੰਨੀ ਦੇਰ ਤੱਕ ਤੁਸੀਂ ਫ੍ਰੀ ਐਂਡ ਫੇਅਰ ਜਾਂਚ ਨਹੀਂ ਕਰੋਗੇ ਸਾਰਿਆਂ ਨੂੰ ਇੱਕੋ ਜਿਹਾ ਨਹੀਂ ਸਮਝੋਗੇ ਬਚਾਉਣ ਦੀ ਕਿਸੇ ਨੂੰ ਕੋਸ਼ਿਸ਼ ਨਹੀਂ ਕਰੋਗੇ ਉਨੀ ਦੇਰ ਤੱਕ ਪੁਲਿਸ ਏਜੰਸੀਆਂ ਚਾਹੇ ਵਿਜੀਲੈਂਸ ਬਿਊਰੋ ਹੋਵੇ ਚਾਹੇ ਉਹ ਸਟੇਟ ਪੁਲਿਸ ਹੋਵੇ ਉਸ ਦਾ ਭਰੋਸਾ ਲੋਕਾਂ ਦੇ ਵਿੱਚ ਪੈਦਾ ਹੋਣਾ ਜਾਂ ਉਹਨਾਂ ਦਾ ਯਕੀਨ ਬੱਜਣਾ ਉਹ ਬਹੁਤ ਵਾਕਈ ਬਹੁਤ ਮੁਸ਼ਕਲ ਹੋਊਗਾ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ